ਮੰਦੇ ਨਹੀਂ ਤੇ ਸਿਰ ਤੇ ਸਿਰ ਇੱਕ ਜ਼ਿਆਦਾ ਗਰਮੀ ਨਹੀਂ ਚੱਲ ਸਕਦੇ ਉਹ ਜਿਵੇਂ 7 ਮਿਰਚਾਂ ਦਾ ਕੋਰਸ ਹੋ ਗਿਆ ਉਹ ਫਿਰ 14 ਦਿਨਾਂ ਦੇ ਵਿੱਚ ਖਤਮ ਹੋ ਜਾਏਗਾ ਤੇ 14 ਦਿਨ ਬਾਅਦ ਫਿਰ ਉਹਨੂੰ ਉਸੇ ਤਰ੍ਹਾਂ ਰਿਪੀਟ ਕਰਨਾ 1 ਮਹੀਨੇ ਤੱਕ ਕਰਦੇ ਜਾਣਾ ਹਾਂਜੀ ਜੀ 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 ਸੋ ਅ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਯੋਗਾ ਦੇ ਉੱਤੇ ਸਰਦਾਰ ਬਖਸ਼ੀ ਸਿੰਘ ਜੀ ਮਠਾੜੂ ਹੁਣਾ ਦੇ ਨਾਲ ਸੋ ਅ ਅਖੀਰਲਾ ਜੋ ਸਾਡਾ ਕਿਉਂਕਿ 3 ਮਿੰਟ ਹੀ ਰਹਿ ਗਏ ਹਨ ਅ ਸੋ ਆਪਣੀ ਗੱਲਾਂ ਬਾਤਾਂ ਦੇ ਵਿੱਚ ਅਸੀਂ ਆਮ ਤੌਰ ਤੇ ਵੀ ਦੇਖਦੇ ਹਾਂ ਕਿ ਬਾਜ਼ਾਰ ਵਿੱਚ ਜਿਵੇਂ ਸਾਨੂੰ ਚੀਜ਼ਾਂ ਮਿਲਦੀਆਂ ਫਾਸਟ ਫੂਡ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਹੋਏ ਇਸ ਸੀਨ ਨੂੰ ਕਾਫੀ ਸ਼ੌਂਕ ਨਾਲ ਖਾਂਦੇ ਜਿਵੇਂ ਕਿ ਪੀਜ਼ਾ ਹੋ ਗਏ ਜਾਂ ਹੋਰ ਫਾਸਟ ਫੂਡ ਹੋ ਗਿਆ ਸੋਡਾ ਵਗੈਰਾ ਬਹੁਤ ਪੀਂਦੇ ਆ ਇਹਦੇ ਕਾਫੀ ਅਸੀਂ ਘਾਤ ਕਹਾਣੀ ਕਰ ਗਏ ਯੋਗਾ ਦੇ ਤੌਰ ਤੇ ਤੇ ਮੈਂ ਕਾਫੀ ਪੜਿਆ ਵੀ ਆ ਇਹਦੇ ਬਾਰੇ ਕਿ ਯੋਗਾ ਦੇ ਜਿਹੜੇ ਯੋਗਾ ਕਰਾਉਂਦੇ ਉਸ ਚੀਜ਼ ਨੂੰ ਕਾਫੀ ਕਹਿੰਦੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਉਹਦੇ ਕੀ ਕਰਨਾ ਹੈ ਸਿਰਫ ਦੋ ਮਿੰਟਾਂ ਸਿਰਫ ਦੋ ਮਿੰਟ رہ ਚੁੱਕੇ ਨੇ ਆ ਇਹਦੇ ਵਿੱਚ ਜਿਸ ਤਰ੍ਹਾਂ ਆ ਪਹਿਲਾਂ ਜ਼ਿਕਰ ਕਰਕੇ ਸਾਡੇ ਆ ਕਿ ਇੱਕ ਮਨੁੱਖ ਨੂੰ 2400 ਕਲਦੀ ਚਾਹੀਦੀ ਹੈ ਇੱਕ ਬੱਚੇ ਨੂੰ 1800 ਕਲਦੀ ਚਾਹੀਦੀ ਹੈ ਜੀ ਕਿ ਇਹ ਜਿਹੜੇ ਪੀਜਾ ਵਗੈਰਾ ਹੈਗੇ ਆ ਇਹਨਾਂ ਦੇ ਵਿੱਚ ਜਿਹੜਾ ਉਹ ਪਾਉਂਦੇ ਆਗੇ 치즈 ਜਾਂ ਬਟਰ ਪਾਉਂਦੇ ਹੈਗੇ ਆ ਜੀ ਹੁਣ 치즈 치즈 ਜਿਹੜਾ ਹੈਗਾ ਜਾਂ ਬਟਰ ਹੈਗਾ ਹੁਣ ਮੱਖਣ 100 ਗ੍ਰਾਮ ਮੱਖਣ ਦੇ ਵਿੱਚ 3000 ਕੈਲਰੀ ਜੀ ਜੀ ਤੇ ਤੁਸੀਂ ਆਵਲਾਓ ਕਿ ਪੀਜਾ ਤੇ 치킨 ਦਾ ਮੱਖਣ ਪੈ ਜਾਂਦਾ ਦਾ ਜੀ 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 ਇਹ 100 ਗ੍ਰਾਮ ਮੱਖਣ ਦੇ ਵਿੱਚ 3000 ਕੈਲਰੀ ਆ ਸੀ ਤਾਂ ਸਾਰੀ ਵਿਆਹ ਦੀ ਦੇ ਇੱਕ ਬੱਚੇ ਨੇ 850 ਕੈਲਰੀ ਲੈਣੀ ਆ ਜੀ 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 ਉਹ ਕੈਲਰੀ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਰੇਸ਼ੇ ਵਿੱਚ ਮਾਤਰਾ ਚਲੇ ਜਾਂਦੇ ਆਗੇ ਉਸ ਤੋਂ ਬਾਅਦ ਜਿਹੜਾ ਉਹ ਚੀਜ਼ ਐਸਾ ਨਾ ਹੁੰਦਾ ਤੁਸੀਂ ਉਹਨੂੰ ਘਰਮ ਕਰਕੇ ਦੇਖੋ ਜੀ ਜੋ ਪਤਾ ਨਹੀਂ ਕਿੰਨੀ ਹੀਟ ਤੇ ਵੀ ਜਾ ਕੇ ਨਹੀਂ ਪਿਘਲਦਾ ਹੈਗਾ ਸਾਡੇ ਸਰੀਰ ਦਾ ਜਿਹੜਾ ਹੈਗਾ ਟੈਂਪਰੇਚਰ 37 ਡਿਗਰੀ ਹੈ ਜੀ ਜੋ ਪਿਘਲਦਾ ਤਾਂ ਹੈ ਨਹੀਂ ਉਹ ਨਾਲੀਆਂ ਦੇ ਵਿੱਚ ਜੰਮ ਜਾਂਦਾ ਹੈ ਜੀ ਜੀ ਸਿੰਥੈਟਿਕ ਉਸ ਤੋਂ ਬਾਅਦ ਉਹ ਨਾਲੀਆਂ ਦੇ ਵਿੱਚ ਵੀ ਜੰਮ ਜਾਂਦਾ ਤੇ ਉਹ ਕਿਸੇ ਪਲੇਟ ਦੇ ਵਿੱਚ ਦੇਖੋ ਜੇ ਲਗਾ ਆ ਜਵੇ ਹਮ ਹਮ ਤੋਂ ਜਿਹੜਾ ਸਕਾਰਬਾ ਉਹ ਨਾਲ ਨਹੀਂ ਲੈਂਦਾ ਹੈਗਾ ਜੀ 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 ਤੇ ਜਿਹੜਾ ਸਕਾਰਬ ਨਾਲ ਨਹੀਂ ਲੈਂਦਾ ਹੈਗਾ ਜੀ ਉਹ ਨਾੜੀਆਂ ਦੇ ਵਿੱਚ ਜੰਮਿਆ ਕਿਸ ਤਰ੍ਹਾਂ ਲੱਥੂਗਾ ਜੀ 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 ਤੇ ਉਹ ਸਾਡੇ ਮੁਲਕੇ ਉਹ ਜਿਹੜੀਆਂ ਨਾੜੀਆਂ ਦੇ ਵਿੱਚ ਬਲੋਕੇਜ ਦਾ ਕਾਰਨ ਬਣਦਾ ਹੈ ਜੀ ਜੀ ਸੋ ਜਿਹੜਾ ਮੁਲਕੇ ਸਾਣਾ ਸਾਹ ਲੈਣ ਦੇ ਵਿੱਚ ਵੀ ਤਕਲੀਫ ਆਉਂਦੀ ਆ ਤੋਂ ਉਹਨਿਆਂ ਦਾ ਨੂੰ ਸਾਹ ਜਾਨਾ ਸ਼ੁਰੂ ਹੋ ਜਾਂਦਾ ਜੀ 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 ਸੋ ਜੀ ਬਖਸ਼ੀ ਸਿੰਘ ਜੀ ਸੋ ਕੈਲ ਦਾ ਮਤਲਬ ਇਹ ਹੈ ਕਿ ਜਿੰਨੀ ਸਾਡੀ ਦਿਨ ਦਾ ਵਰਕਆਊਟ ਹੈ ਉਹਦੇ ਹਿਸਾਬ ਨਾਲ ਸਾਡਾ ਇਨਟੇਕ ਹੋਣਾ ਚਾਹੀਦਾ ਜੇ ਸਾਡਾ ਕੋਈ ਆਈਡੀਅਲ ਵਰਕਆਊਟ ਨਹੀਂ ਆ ਸੋ ਉਸੇ ਅਨੁਸਾਰ ਜਿਵੇਂ ਤੁਸੀਂ ਦੱਸਿਆ ਕਿ 2300 ਕੈਲਰੀ 2400 ਕੈਲਰੀ ਇੱਕ ਨਾਰਮਲ ਬੰਦੇ ਨੂੰ ਲੈਣੀ ਚਾਹੀਦੀ 2000 ਕੈਲਰੀ ਇੱਕ ਜਨਾਨੀ ਨੂੰ ਲੈਣੀ ਚਾਹੀਦੀ ਹੈ ਤੇ ਤਕਰੀਬਨ 1800 ਕੈਲਰੀ ਇੱਕ ਬੱਚੇ ਦੇ ਲਈ ਨਿਯਮਿਤ ਹੈ ਸੋ ਇਹਦੇ ਜੇ ਤੋਂ ਅਸੀਂ ਵਧਾਵਾਂਗੇ ਤੇ ਉਹਦੇ ਨਾਲ ਸਾਡਾ ਭਾਰ ਵਧੇਗਾ ਚਰਬੀ ਵਾਧੂ ਚੜ੍ਹੇਗੀ ਜੋ ਤੁਸੀਂ ਘਟਾਵਾਂਗੇ ਤੇ ਉਹ ਸਾਡੇ ਸਰੀਰ ਸਰੀਰ ਦੀ ਲੋੜਾਂ ਨੂੰ ਪੂਰਾ ਨਹੀਂ ਕਰੇਗਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪਣਾ ਜਰੂਰੀ ਸਮਾਂ ਕੱਢ ਕੇ ਅੱਜ ਦੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਤੇ ਆਪਣੇ ਸਰੋਤਿਆਂ ਨੂੰ ਇੱਕ ਵਾਰ ਮੈਂ ਫਿਰ ਵੀ ਜਾਣਕਾਰੀ ਦੇਣੀ ਦੇਣੀ ਚਾਹਾਂਗਾ ਕਿ ਸਰਦਾਰ ਬਖਸ਼ੀ ਸਿੰਘ ਜੀ ਮਠਾੜੂ ਅੱਜਕੱਲ ਗੁਰਦਰਾ ਸਾਹਿਬ ਫਰੀ ਇਮਾਂਡ ਵਿਖੇ ਸਵੇਰੇ ਤੇ ਸ਼ਾਮ ਨੂੰ ਕੈਂਪ ਲਗਾਉਂਦੇ ਨੇ ਯੋਗਾ ਫਰੀ ਕੈਂਪ ਜੇ ਤੁਹਾਨੂੰ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਉਹਨਾਂ ਦਾ ਪ੍ਰਾਈਵੇਟ ਨੰਬਰ ਵੀ ਹੈਗਾ ਉਹ ਹੈ 510 372 5892 5103725892 ਜੇ ਤੁਹਾਡੇ ਕੋਲ ਕੋਈ ਹੋਰ ਵੀ ਵਿਚਾਰ ਜੀ

ਜੀ ਜੀ ਜੀ ਸੋ ਆਪਾਂ ਸਮਾਂ ਸਮਾ ਸਾਡਾ ਹੋ ਚੁੱਕਾ ਬਖਸ਼ੀ ਸਿੰਘ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਪੰਜਾਬੀ ਰੇਡੀਓ ਦੇ ਮਾਧਿਅਮ ਦੇ ਰਾਹੀਂ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਅ ਮੰਜ ਨੌ ਮਾ ਚੁੱਕੇ ਨੇ ਤੇ ਪੰਜਾਬੀ ਰੇਡੀਓ ਦਾ ਹੁਣ ਸਮਾਂ ਅੱਜ ਦੀਆਂ ਖਬਰਾਂ ਦਾ ਸੋ ਇੱਕ ਦੋ ਅਨਾਨਸਮੈਂਟ ਮੈਂ ਜ਼ਰੂਰੀ ਕਰ ਦੇਵਾਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇਣੀ ਚਾਹਾਂਗਾ ਕਿ 2 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਫ੍ਰੀ ਮਾਉਂਟ ਵਿਖੇ ਪਾਈ ਤਾਰੂ ਸਿੰਘ ਜੋ ਮੂਵੀ ਦਾ ਸ਼ੋਅ ਹੋ ਰਿਹਾ ਹੈ ਡੀਵੀਡੀ ਡਿਸਪਲੇ ਡੀਵੀਡੀ ਸ਼ੋਅ ਡਿਸਪਲੇ ਹੋਵੇਗਾ ਡੀਵੀਡੀ ਰਿਲੀਜ਼ ਹੋਏਗੀ ਉੱਥੇ 8 ਤੋਂ 9 ਦਾ ਟਾਈਮ ਹੈ ਸ਼ੋਅ ਦੇ ਲਈ ਤੇ 9 ਵਜੇ ਅਸੀਂ 9 ਵਜੇ ਉੱਥੇ ਡੀਵੀਡੀ ਰਿਲੀਜ਼ ਹੋਏਗੀ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਕਿਉਂਕਿ ਆਪਣੇ ਮਹਾਨ ਵੀਰਸੇ ਦੀ ਜਾਣਕਾਰੀ ਦੇਣ ਦਾ ਇੱਕ ਐਨੀਮੇਸ਼ਨ ਦੇ ਥਰੂ ਇੱਕ ਵਧੀਆ ਵਿਚੀਲਾ ਹੈ ਹੈ ਸੋ ਕਿਉਂਕਿ ਅੱਤੇ ਤੁਸੀਂ ਪੰਜਾਬੀ ਰੇਡੀਓ ਨੂੰ ਸੈਨ ਫਰਾਂਸਿਸਕੋ 베ਰੀਆ ਵਿੱਚ ਰੇਡੀਓ ਰਾਹੀਆਂ ਤੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਰਾਹੀਂ ਸੁਣ ਸਕਦੇ ਹੋ ਇੰਟਰਨੈਟ ਤੇ ਸੁਣਨ ਦੇ ਲਈ ਸਾਡਾ ਪਤਾ ਨੋਟ ਕਰੋ www.punjabireadiousa.com ਜੇ ਤੁਹਾਡੇ ਕੋਲ ਸਾਡੇ ਲਈ ਕੋਈ ਵਿਚਾਰ ਹਨ ਤੁਸੀਂ ਸਾਨੂੰ ਸੰਪਰਕ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ 408-272-5200 ਸੋ ਆਓ ਸੁਣਦੇ ਹਾਂ ਅੱਜ ਦੀਆਂ ਖਬਰਾਂ